ਅਸਲਾਮੁਅਲੈਕੁਮ ਜੀ ਦੋਸਤੋ, ਕੀ ਹਾਲ ਹੈ? ਸਭ ਠੀਕ ਠਾਕ? ਲਓ ਦੋਸਤੋ, ਅੱਜ ਤੁਹਾਨੂੰ ਅਸੀਂ ਜਿਹੜਾ ਨਾ ਮਸਜਿਦ ਦਾ ਵਿਜ਼ਿਟ ਕਰਾਉਣ ਗਿਆ ਮੁਕੰਮਲ ਤੌਰ 'ਤੇ। ਅਤੇ ਸਭ ਤੋਂ ਪਹਿਲੇ ਅਸੀਂ ਤੁਹਾਨੂੰ ਬਾਹਰ ਦੀਆਂ ਸਾਈਡਾਂ ਦਿਖਾਵਾਂਗੇ, ਉਸ ਤੋਂ ਬਾਅਦ ਤੁਹਾਨੂੰ ਅੰਦਰ ਦੀ ਜਿਹੜੀਆਂ ਮੁਕੰਮਲ ਸਾਈਡਾਂ ਉਹ ਤੁਹਾਨੂੰ ਦਿਖਾਉਂਦੇ ਹਾਂ ਅਸੀਂ। ਬਾਹਰ ਵਾਲੀ ਸਾਈਡ ਹਾਂ ਜੀ, ਦੂਸਰੀ ਮੰਦਰ ਦਾ ਤੁਹਾਨੂੰ ਪੋਰਸ਼ਨ ਨਜ਼ਰ ਆ ਰਿਹਾ, ਉੱਪਰ ਵਾਲਾ ਗਰਿੱਲਾਂ ਨਜ਼ਰ ਆ ਰਹੀਆਂ ਨੇ, ਇਸ ਸਭ ਗਰਿੱਲਾਂ ਜਿਹੜੀਆਂ ਨਜ਼ਰ ਆ ਰਹੀਆਂ ਨੇ ਦੂਸਰੇ ਪਹਿਲੇ ਪੋਰਸ਼ਨ ਦੀਆਂ ਨੇ। ਮਾਸ਼ਾਅੱਲਾ, ਬਹੁਤ ਖੂਬਸੂਰਤ ਮਸਜਿਦ ਬਣੇਗੀ ਜੀ। ਅਤੇ ਆਓ ਤੁਹਾਨੂੰ ਹੁਣ ਜਾਣਨਾ ਫਰੰਟ ਦਿਖਾਉਂਦੇ ਹਾਂ ਜੀ, ਅਤੇ ਫਰੰਟ ਨੂੰ ਮੁਕੰਮਲ ਤੁਸੀਂ ਵੇਖੋ, ਇਨਸ਼ਾਅੱਲਾ ਬਹੁਤ ਖੂਬਸੂਰਤ ਜਾਣਨਾ ਉਹ ਬਣਾਇਆ ਗਿਆ ਜੀ। ਮਾਸ਼ਾਅੱਲਾ ਮਾਸ਼ਾਅੱਲਾ ਜੀ, ਇੰਨੀ ਭਾਗੋ ਜਮਿਆ ਮਸਜਿਦ ਦਾ ਫਰੰਟ ਜਨਾਬ, ਚੈੱਕ ਕਰੋ ਤੁਸੀਂ, ਇਨਸ਼ਾਅੱਲਾ ਪੂਰੇ ਇਲਾਕੇ ਦੀ ਸਭ ਤੋਂ ਖੂਬਸੂਰਤ ਇਨਸ਼ਾਅੱਲਾ ਮਸਜਿਦ ਹੈਗੀ ਅੱਲਾਹ ਦਾ ਘਰ। ਇਹ ਫਰੰਟ ਤੁਸੀਂ ਦੇਖ ਰਹੇ ਹੋ, ਇਹ ਬਣ ਰਿਹਾ ਫਰੰਟ। ਦੂਸਰੀ ਜਿਹੜੀ ਛੱਤ ਉਹਦਾ ਇਨਸ਼ਾਅੱਲਾ ਜਾਣਾ ਸ਼ਟਰਿੰਗ ਹੋ ਰਹੀ। ਮਾਸ਼ਾਅੱਲਾ ਵੇਖੋ ਜੀ ਤੁਸੀਂ, ਇਹ ਬਹੁਤ ਸਾਰਾ ਕੰਮ ਜਾਣਾ ਫਰੰਟ ਦਾ ਰਹਿ ਗਿਆ। ਅਤੇ ਹਾਜੀ ਨਾਸਰ ਸਾਹਿਬ ਯਾਰਾਂ ਵਾਲੇ ਬੜੇ ਮਸ਼ਹੂਰ ਨੇ ਮਸਜਿਦ ਦਾ ਕੰਮ ਕਰਨ ਦੇ ਵਿੱਚ ਜੀ। ਇਹ ਸਾਰਾ ਜੋ ਵੀ ਜਾਲੀਆਂ ਬਣੀਆਂ ਨੇ, ਜੋ ਵੀ ਡਿਜ਼ਾਇਨਿੰਗ ਹੋਈ, ਉਹਨਾਂ ਆਪਣੇ ਹੱਥ ਨਾਲ ਸਾਰੀ ਕੀਤੀ ਜੀ। ਇਹ ਦੇਖੋ, ਇਹ ਜਿਹੜੀ ਜਾਲੀ ਹੈ ਉਹਨਾਂ ਖੁਦ ਆਪਣੇ ਹੱਥ ਨਾਲ ਤਿਆਰ ਕੀਤੀ ਹੈ। ਔਰ ਉਹਨਾਂ ਕਿਹਾ ਜੀ ਪੱਥਰ ਦੀ ਜਾਲੀ ਨਹੀਂ ਲਗਾਉਣੀ, ਖੁਦ ਆਪਣੇ ਹੱਥ ਨਾਲ ਤਿਆਰ ਕੀਤੀ ਹੈ ਜੀ ਮੁਕੰਮਲ ਤੌਰ 'ਤੇ। ਔਰ ਇਹ ਵੀ ਉਹਨਾਂ ਮੁਕੰਮਲ ਆਪਣੇ ਹੱਥ ਨਾਲ ਸਾਰਾ ਕੁਛ ਤਿਆਰ ਕੀਤਾ ਜੀ। ਔਰ ਇਹ ਮਨਾਰ ਜੀ, ਕਮ ਸੇ ਕਮ 90 ਮੀਟਰ ਜਿਹੜਾ ਨਾ ਫੁੱਟ ਇਹ ਮਨਾਰ ਬਣਨਾ। ਇਨਸ਼ਾਅੱਲਾ ਪਿੰਡੀ ਭਾਗੋ ਔਰ ਇਹਦੇ ਗਿਰਦ ਨਵਾਹ ਜਿੰਨੇ ਵੀ ਤੁਸੀਂ ਕਿ ਜਿੰਨੇ ਵੀ ਮਸਜਿਦਾਂ ਨੇ, ਇਨਸ਼ਾਅੱਲਾ ਉਸ ਤੋਂ ਇਹ ਮਸਜਿਦ ਮੁਨਫਰਿਦ ਹੋਏਗੀ ਜੀ। ਦੁਬਈ ਤੋਂ ਇਹ ਡਿਜ਼ਾਇਨ ਮੰਗਵਾਇਆ ਗਿਆ।
ਮਾਸ਼ਾਅੱਲਾ ਜੀ, ਦੂਸਰੀ ਮੰਜ਼ਿਲ ਦਾ ਜਿਹੜਾ ਨਾ ਸ਼ਟਰਿੰਗ ਦਾ ਕੰਮ ਹੋ ਰਿਹਾ, ਸ਼ਟਰਿੰਗ ਹੋ ਗਈ ਇਨਸ਼ਾਅੱਲਾ, ਬਹੁਤ ਜਲਦ ਜਾਣ ਲੈਂਟਰ ਜਾਣ ਇਨਸ਼ਾਅੱਲਾ ਦੂਸਰੀ ਛੱਤ ਪੈ ਜਾਏਗਾ ਜੀ। ਸੀੜੀਆਂ ਜੀ ਮਨਾਰ ਦੀਆਂ, ਮਾਸ਼ਾਅੱਲਾ ਜੀ, ਪਿੰਡੀ ਭਾਗੋ ਸ਼ਰੀਫ, ਜ਼ਿਲ੍ਹਾ ਸਿਆਲਕੋਟ, ਬਹੁਤ ਖੂਬਸੂਰਤ ਮਸਜਿਦ ਜਿਹੜੀ ਬਣ ਰਹੀ ਹੈ, ਉਸ ਦੀ ਦੂਸਰੀ ਛੱਤ 'ਤੇ ਖੜਿਆ ਹੋ ਕੇ ਪਿੰਡੀ ਭਾਗੋ ਦਾ ਮੁਕੰਮਲ ਤੁਹਾਨੂੰ ਨਜ਼ਾਰਾ ਕਰਵਾ ਰਿਹਾ ਜੀ। ਮਾਸ਼ਾਅੱਲਾ ਜੀ, ਬਹੁਤ ਖੂਬਸੂਰਤ। ਲਓ ਦੋਸਤੋ, ਇਸ ਵੀਡੀਓ ਨੂੰ ਐਂਡ ਤੱਕ ਲਾਜ਼ਮੀ ਵੇਖਣਾ ਜੀ, ਨਾਲੇ ਚੈਨਲ ਨੂੰ ਸਬਸਕ੍ਰਾਈਬ ਕਰੋ, ਲਾਈਕ ਸ਼ੇਅਰ ਕਰੋ ਅਤੇ ਬੈੱਲ ਆਈਕਨ ਲਾਜ਼ਮੀ ਪ੍ਰੈਸ ਕਰਿਓ, ਤਾਂ ਕਿ ਮਜ਼ੀਦ ਜਿਹੜੀਆਂ ਸਾਡੀਆਂ ਆਉਣ ਵਾਲੀਆਂ ਨਵੀਂ ਵੀਡੀਓ ਨੂੰ ਤੁਹਾਡੇ ਤੱਕ ਪਹੁੰਚ ਸਕਣ। ਚਲੋ ਦੋਸਤੋ, ਇਸ ਦੇ ਨਾਲ ਸਾਨੂੰ ਇਜਾਜ਼ਤ ਦੇਵੋ ਜੀ, ਅੱਲਾਹ ਤਾਲਾ ਸਭ ਨੂੰ ਖੁਸ਼ ਰੱਖੇ ਜੀ, ਜਿੱਥੇ ਰਹੋ ਖੁਸ਼ ਰਹੋ, ਸ਼ਾਦ ਰਹੋ, ਆਬਾਦ ਰਹੋ ਜੀ। ਅਸਲਾਮ ਵਾਲੇਕੁਮ ਵਰਹਮਤੁੱਲਾਹ ਵਬਰਕਾਤਹੁ।